हेलो वेलकम बैक टू माई चैनल। होप करता हैगा तुसीं सारे ठीक होंगे। तो आप इस टाइम फिरते हैं तमार दे विच। सो आप तमार सिटी दे विच फिरते हैं। ये लिस्बन तो हैगी है 100 to 150 किलोमीटर की दूरी पर हैगी है। 120 किलोमीटर लग जाता है, 1.5 घंटा लग जाता है पहुँचते। तो देख वाला बहुत कुछ है इतने। तो आप स्टार्ट किया है जी अपनी जर्नी, गड्डी लाई हैगी है। हूँ आप सेंटर के खड़े हैं तुमार सिटी के बहुत कुछ देखने वाला है। तुम कासल दिखावे तुमार का, कॉन्वेंट दिखावे तुमार की। लो जी आप एंटर हो चुके हैं तुमार दी कॉन्वेंट के। मतलब कि इतों की एक तरह की चर्च होंगी है, बट चर्च के लोग भी रहेंगे, आर्मी भी रहती है। बहुत वड्डी होंगी है कॉन्वेंट, ये हैगी तुमार दी कॉन्वेंट, बहुत वड्डी हैगी। लोग स्पैशल देखने आते हैं। तो हूँ आप अगे चलते हैं, अपना टूर स्टार्ट करते हैं। तो चलते हैं अगे, तुम लैके अंदर बढ़ते हैं। चाह कॉन्वेंट का आर्किटेक्ट गोथिक एंड मैनुअलिनो टाइप के नाल बनया होया है। जो तुसी वीडियो दे विच कमरे देख रहे हैगे हो, इन्हां दे विच आर्मी रहिंदी हुंदी सीगी। ते इन्हां नूं उस वेले टैंपलारियस कहिंदे हुंदे सी। ते ए आर्मी अपने रिलीजन नूं सेफ रखदी सी, मतलब अपने धर्म नूं बचाउण दा इन्हां दा रोल हुंदा सीगा। ਆਹ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਇਹ ਹੈਗਾ ਟੈਂਕ ਜਿਸ 'ਚ ਕਿ ਪਾਣੀ ਰਿਜ਼ਰਵ ਕਰਦੇ ਸੀਗੇ। ਤੁਸੀਂ ਦੇਖ ਸਕਦੇ ਹੈਗੇ ਇੱਕ ਤਰ੍ਹਾਂ ਦੀ ਟੈਂਕੀ ਹੈ ਇਹ, ਜਿਹੜੀ ਕਿ ਕੌਨਵੈਂਟ ਨੂੰ ਪਾਣੀ ਪਹੁੰਚਾਉਂਦੀ ਸੀਗੀ ਅਤੇ ਸਪਲਾਈ ਕਰਦੀ ਸੀਗੀ। ਅਤੇ ਆਹ ਤੁਸੀਂ ਦੇਖ ਸਕਦੇ, ਬਹੁਤ ਹੀ ਇੱਕ ਹਿਸਟੋਰੀਕਲ ਜੀ ਪਲੇਸ ਹੈਗੀ ਹੈ। ਅਤੇ ਤੁਸੀਂ ਦੇਖ ਸਕਦੇ ਹੋ ਕਿ ਪੁਰਾਣੇ ਸਮੇਂ ਦੇ ਵਿੱਚ ਕਿੱਦਾਂ ਪਾਣੀ ਪਹੁੰਚਾਉਂਦੇ ਹੁੰਦੇ ਸੀਗੇ ਇਹ ਕੌਨਵੈਂਟ ਨੂੰ। ਅਤੇ ਆਹ ਹੈਗੀ ਹੈ ਟੈਂਕੀ ਜਿਸ 'ਚ ਕਿ ਰਿਜ਼ਰਵ ਕਰਦੇ ਸੀਗੇ ਪਾਣੀ। ਅਤੇ ਤੁਸੀਂ ਦੇਖ ਸਕਦੇ ਹੋ ਕਿੱਡੀ ਵੱਡੀ ਟੈਂਕੀ ਹੈਗੀ ਹੈ। ਅਤੇ ਕੌਨਵੈਂਟ ਵੀ ਉੱਡੀ ਵੱਡੀ ਸੀਗੀ। ਕਿਚਨ ਤੁਹਾਨੂੰ ਦਿਖਾਤੀ ਹੈਗੀ ਹੈ, ਆਹ ਪਾਣੀ ਰਿਜ਼ਰਵ ਕਰਦੇ ਸੀ ਇੱਥੇ। ਅਤੇ ਬਹੁਤ ਹੀ ਯੂਨੀਕ ਜੀ ਪਲੇਸ ਹੈਗੀ ਹੈ। ਅਤੇ ਹੋਪ ਕਰਦਾ ਤੁਹਾਨੂੰ ਪਸੰਦ ਆ ਰਹੀ ਹੋਣੀ। ਅਤੇ ਅੱਗੇ ਚੱਲਦੇ ਹੈਗੇ। ਅਤੇ ਹੁਣ ਆਪਾਂ ਸੈਂਟਰ ਦੇ ਵਿੱਚ ਖੜ੍ਹੇ ਹੋਏ ਹੈਗੇ ਹਾਂ ਅਤੇ ਟਾਈਮ ਸਪੈਂਡ ਕਰ ਰਹੇ ਹੈਗੇ ਹਾਂ। ਸਾਈਡ 'ਤੇ ਆਉਣਾ ਪੈਂਦਾ ਹੈਗਾ ਗੱਲ ਕਰਨ, ਕਿਉਂਕਿ ਅੰਦਰ ਤੁਸੀਂ ਟੋਕ ਨਹੀਂ ਕਰ ਸਕਦੇ। ਇਸ ਕਰਕੇ ਤੁਹਾਡੇ ਲਈ ਸ਼ੋਟ ਲਏ ਹੈਗੇ ਆ। ਅਤੇ ਰੂਲਸ ਡਿਫਰੈਂਟ ਹੈਗੇ, ਪਿਛਲੇ ਵਾਰੀ ਆਏ ਸੀਗੇ ਅਤੇ ਕਾਫੀ ਕੁਛ ਖੁੱਲ੍ਹਾ ਸੀਗਾ। ਹੁਣ ਥੋੜ੍ਹਾ ਜਿਹਾ ਟਾਈਟ ਹੈਗਾ, ਥੋੜ੍ਹੀਆਂ ਜਿਹੀਆਂ ਬੋਰਡਰਾਂ ਹੈਗੀਆਂ। ਅਤੇ ਮਾਸਕ ਦਾ ਹੈਗਾ ਸਿਸਟਮ, ਅਤੇ ਬਹੁਤ ਹੀ ਜ਼ਬਰਦਸਤ ਬਣਿਆ ਹੋਇਆ, ਬਹੁਤ ਹੀ ਵੱਡਾ ਹੈਗਾ। ਇਹ ਹੋ ਗਿਆ ਘੱਟੋ ਘੱਟ ਹੋ ਗਿਆ ਸਾਨੂੰ 3-4 ਘੰਟੇ ਹੋ ਗਏ ਹੈਗੇ ਅੰਦਰ ਘੁੰਮਦੇ ਘੁੰਮਦੇ। ਇਹਦੇ ਅੰਦਰ ਸੀਗੇ, ਇਹਦੇ ਅੰਦਰ ਚਰਚ ਹੈਗੀ ਹੈ। ਇਹਦੇ ਲੋ ਜੀ ਟੀ ਸ਼ਰਟ ਆਪਾਂ ਲੈ ਲਈ ਹੈਗੀ ਹੈ ਇੱਥੋਂ ਦੀ ਯਾਦਗਾਰ। ਅਤੇ ਸੋਹਣੀ ਸੀਗੀ ਟੀ ਸ਼ਰਟ, ਇੱਕ ਸਾਈਨ ਜਿਹਾ ਬਣਿਆ ਹੋਇਆ ਪਤਾ ਕੀ ਇੱਥੇ। ਆਹ ਤੁਹਾਨੂੰ ਮੈਂ ਦੱਸਦਾ, ਜਿੱਦਾਂ ਹੈਗੇ ਨਾ ਬੰਦੇ, ਇਹ ਹੈਗੇ ਗੋਡ ਦੇ, ਜਿੱਦਾਂ ਕਹਿੰਦੇ ਆ ਗੋਡ ਦੇ, ਮਤਲਬ ਸੀਗੇ ਖਾਸ, ਮਤਲਬ ਗੋਡ ਦੀ ਸੀ ਨਾ ਹੁੰਦੀ ਸੀ ਕਹਿੰਦੇ ਇੱਕ ਤਰ੍ਹਾਂ ਦੀ, ਜਿਸ ਹਿਸਾਬ ਨਾਲ ਲਿਖਿਆ ਗਿਆ ਹੈਗਾ। ਅਤੇ ਉਹ ਇਹਨਾਂ ਦਾ ਸਾਈਨ ਸੀਗਾ ਜਿਹੜਾ ਆਪਾਂ ਜਿਹੜਾ ਕਿ ਆਪਣੀ ਟੀ ਸ਼ਰਟ 'ਤੇ ਬਣਿਆ ਹੋਇਆ। ਅਤੇ ਸ਼ੋਪਿੰਗ ਆਪਾਂ ਕਰ ਲਈ ਹੈਗੀ ਹੈ, ਲਾ ਦਿੱਤੇ ਵੀ 25 ਯੂਰੋ, 15 ਯੂਰੋ ਦੀ ਟੀ ਸ਼ਰਟ ਸੀਗੀ। ਇੱਕ ਯਾਦਗਾਰ ਜੀ ਬਣੀ ਰਹਿ ਜੂਗੀ। ਆ ਇੱਥੋਂ ਦੀਆਂ ਵਾਈਨਾਂ, ਆ ਤਲਵਾਰ, ਵਾਈਨਾਂ, ਬਹੁਤ ਜ਼ਬਰਦਸਤ ਸ਼ੋਪ ਹੈਗੀ ਹੈ ਤਾਂ, ਅਤੇ ਹਰੇਕ ਕੁਛ ਮਿਲਦਾ ਹੈ ਇੱਥੇ। ਲਓ ਜੀ ਸ਼ੋਪਿੰਗ ਹੋ ਗਈ ਹੈ, ਸ਼ੋਪਿੰਗ ਵੀ ਕਰ ਲਈ ਹੈ, ਯਾਦਗਾਰ ਚੀਜ਼ ਲੈ ਲਈ ਹੈ ਟੀ ਸ਼ਰਟ।
ਤੇ ਕੁਝ ਹੋਰ ਸਮਾਨ ਕਾਫੀ ਕੂਫੀ ਦੇ ਕੱਪ ਸੀਗੇ ਬੜੇ ਸੋਹਣੇ ਉਹ ਲੈ ਲਏ ਹੈਗੇ ਤੇ ਹੁਣ ਆਪਾਂ ਅਲਵਿਦਾ ਕਰਦੇ ਹੈਗੇ ਇਸ ਕੋਨਵੈਂਟ ਨੂੰ ਤੇ ਚਲਦੇ ਹੈਗੇ ਆ ਅੱਗੇ ਜੇ ਕੁਝ ਹੋਰ ਹੋਇਆ ਇੰਟਰਸਟਿੰਗ ਰਾਹ 'ਚ ਤਾਂ ਦੇਖਾਂਗੇ ਨਹੀਂ ਤਾਂ ਮੁੜਦੇ ਹੈਗੇ ਆਪਾਂ ਘਰਾਂ ਨੂੰ ਤੇ ਹੋਪ ਕਰਦਾ ਅੱਜ ਦਾ ਵਲੋਗ ਤੁਹਾਨੂੰ ਪਸੰਦ ਆ ਰਿਹਾ ਹੋਣਾ ਤੇ ਆਹ ਆ ਗਿਆ ਲਾਸਟ ਗੇਟ ਤੇ ਉੱਥੇ ਖੜੀਆਂ ਆਪਣੀਆਂ ਗੱਡੀਆਂ ਤੇ ਹੁਣ ਆਪਾਂ ਚੱਲੀਏ ਅੱਗੇ ਦੇਖਦੇ ਹੈਗੇ ਹਾਂ ਜੇ ਕੌਫੀ ਕੌਫੀ ਪੀਤੀ ਆਵਾਜ਼ ਹਜੇ ਵੀ ਮੈਂ ਖੁੱਲ੍ਹ ਕੇ ਨਹੀਂ ਬੋਲ ਪਾ ਰਿਹਾ ਕਿਉਂਕਿ ਉੱਥੇ ਆਦਤ ਜੀ ਪੈ ਗਈ ਹੈਗੀ ਅੰਦਰ ਕਿਉਂਕਿ ਰਿਸਪੈਕਟ ਕਰਨੀ ਚਾਹੀਦੀ ਹਰੇਕ ਰੂਲ ਦੀ ਅਤੇ ਆਹ ਕੈਫੇ ਬਣਿਆ ਹੋਇਆ ਬਾਹਰ ਅੰਦਰ ਤਾਂ ਹੋ ਗਿਆ ਕਲੋਜ ਸਾਰਾ ਕੁਛ ਅਤੇ ਕਾਫੀ ਹੈਗੀਆਂ ਚੀਜ਼ਾਂ ਪਈਆਂ ਹੈਗੀਆਂ ਜਿੱਦਾਂ ਕਿ ਡੋਨਸ ਕੈਸਪੇ ਆਹ ਬਕਲਾਊ ਬਹੁਤ ਮਸ਼ਹੂਰ ਹੈਗਾ ਇੱਥੇ ਹਰੇਕ ਥਾਂ 'ਤੇ ਹੁੰਦਾ ਇੱਥੋਂ ਦੀ ਜ਼ਿਆਦਾ ਫੇਮਸ ਡਿਸ਼ ਹੈਗੀ ਹੈ ਫਿਸ਼ ਦਾ ਬੰਦਾ ਹੁੰਦਾ ਅਤੇ ਅੱਜ ਹਜੇ ਤਾਂ ਮੇਰਾ ਜੀ ਨਹੀਂ ਕਰ ਰਿਹਾ ਖਾਣ ਦਾ ਦੇਖਦੇ ਹਾਂ ਕੀ ਔਡਰ ਕਰਦੇ ਅਤੇ ਆਹ ਬਾਈ ਟਰਾਈ ਕਰ ਰਹੇ ਹੈਗੇ ਚਿਕਨ ਪੈਟੀ ਹਲਕੇ ਹਲਕੇ ਸਵਾਦ ਸਵਾਦ ਤੂੰ ਟਰਾਈ ਕਰਿਓ ਕਦੇ ਜਿਹੜੇ ਵੀ ਇੱਥੇ ਪੁਰਤਗਾਲ 'ਚ ਰਹਿੰਦੇ ਹਾਂ ਈਜ਼ੀ ਹੈ ਅਤੇ ਆਪਣੇ ਆਪਣੇ ਟੇਸਟ ਦੇ ਲਾਇਕ ਦੀ ਹੈਗੀ ਆ ਐਂ ਲੱਗਦਾ ਜਿੱਦਾਂ ਕਿ ਚਿਕਨ ਟਿੱਕਾ ਪਾਇਆ ਹੋਵੇ ਨਾ ਉਸ ਜਿਹਾ ਟੇਸਟ ਆਉਂਦਾ ਹੈਗਾ ਇਸ ਕਰਕੇ ਹੁਣ ਖਾਂਦੇ ਹਾਂ ਅਤੇ ਜੇ ਕੁਝ ਇੰਟਰਸਟਿੰਗ ਹੋਇਆ ਤੁਹਾਨੂੰ ਜ਼ਰੂਰ ਦਿਖਾਵਾਂਗੇ ਅਤੇ ਕਾਸਲ ਤੋਂ ਬਾਹਰ ਆ ਗਏ ਹਾਂ ਅਤੇ ਕੌਫੀ ਆਪਾਂ ਛੱਕ ਲਈ ਹੈਗੀ ਹੈ ਵੀਰੋ ਅਤੇ ਹੁਣ ਆਪਾਂ ਵਿਊ ਕਰ ਰਹੇ ਹਾਂ ਇੰਜੋਏ ਹੈਗੀ ਈਵਨਿੰਗ ਤੋਂ ਮਾਰਦੀ ਅਤੇ ਆਪਾਂ ਇਹ ਹੈਗੀ ਹੈ ਈਵਨਿੰਗ ਤੋਂ ਮਾਰਦੀ ਅਤੇ ਹੁਣ ਆਪਣਾ ਨੈਕਸਟ ਸਟੋਪ ਹੈਗਾ ਜੰਬੂਜ਼ੀਰਾ ਦਾ ਮਾਰ ਅਤੇ ਜੰਬੂਜ਼ੀਰੇ ਦਾ ਮਾਰ ਆਪਾਂ ਬੁੱਕ ਕਰਾਇਆ ਹੈਗਾ ਕੋਟੇਜ ਅਤੇ ਜੰਬੂਜ਼ੀਰੇ ਦੀ ਖਾਸੀਅਤ ਇਹ ਹੈਗੀ ਹੈ ਕਿ ਉੱਥੇ ਆਪਣੇ ਬੰਦੇ ਬਹੁਤ ਨੇ ਕਿਉਂਕਿ ਉੱਥੇ ਖੇਤੀ ਦਾ ਕੰਮ ਬਹੁਤ ਹੈਗਾ ਅਤੇ ਉਹ ਚੀਜ਼ ਤੁਹਾਨੂੰ ਆਪਾਂ ਦਿਖਾ ਚੁੱਕੇ ਹੈਗੇ ਹਾਂ ਇੱਥੇ ਲਿੰਕ ਮੈਂ ਪਾ ਦੂੰਗਾ ਤਾਂ ਟੂਰਿਸਟ ਬਣ ਕੇ ਬੰਦਾ ਉੱਥੇ ਕਿੱਦਾਂ ਰਹਿੰਦਾ ਹੈਗਾ ਅਤੇ ਉੱਥੇ ਕੀ ਕੁਛ ਹੈਗਾ ਦੇਖਣ ਵਾਲਾ ਉਸ ਇਕੱਲੇ ਜੰਬੂਜ਼ੀਰਾ ਮਾਰ ਏਰੀਆ ਦੇ ਵਿੱਚ ਅਤੇ ਬੀਚ ਹੈਗੇ ਹੈ ਅਤੇ ਤੁਹਾਨੂੰ ਦਿਖਾਵਾਂਗੇ ਹੁਣ ਅਤੇ ਅੱਗੇ ਮਤਲਬ ਅਤੇ ਉਹ ਵੀਡੀਓ ਸਟਾਰਟ ਕਰਦੇ ਜੰਬੂਜ਼ੀਰਾ ਮਾਰ ਦੀ ਹੋਪ ਕਰਦਾ ਤੁਹਾਨੂੰ ਜੰਬੂਜ਼ੀਰਾ ਮਾਰ ਪਸੰਦ ਆਊਗਾ ਆਪਣੇ ਉੱਥੇ ਬੰਦੇ ਬਹੁਤ ਰਹਿੰਦੇ ਆ ਤਾਂ ਉੱਥੇ ਜਾਣਾ ਵੀ ਜ਼ਰੂਰੀ ਸੀ ਪਰ ਉਹਦੀ ਡਿਫਰੈਂਟ ਸਾਈਡ ਦਿਖਾਈ ਹੈਗੀ ਹੈ ਆਪਣੇ ਬੰਦੇ ਫਾਰਮਿੰਗ ਦੇ ਵਾਸਤੇ ਜਾਂਦੇ ਹੈਗੇ ਆ ਮਤਲਬ ਕੋਈ ਕੰਮ ਕਾਰ ਦੇ ਵਾਸਤੇ ਜਾਂਦੇ ਆ ਅਤੇ ਆਪਾਂ ਗਏ ਸੀਗੇ ਉੱਥੇ ਘੁੰਮਣ ਅਤੇ ਉਹ ਏਰੀਆ ਅਤੇ ਤੁਹਾਨੂੰ ਦਿਖਾਉਂਦੇ ਹੈਗੇ ਹਾਂ ਅਤੇ ਹੋਪ ਕਰਦਾ ਤੁਹਾਨੂੰ ਉਹ ਵੀਡੀਓ ਵੀ ਪਸੰਦ ਆਊਗੀ